ਹਰਨਾਲ ਨੇ ਬੋਲ ਗੱਲ ਕਰ ਮੈਨੂੰ ਟਿਕਟ ਮਿਲੀ ਹੈ ਕਿੱਦਾਂ ਦੇਖਦੇ ਹੁਣ? ਸਭ ਤੋਂ ਪਹਿਲਾਂ ਤਾਂ ਮੈਂ ਕਾਂਗਰਸ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਰੰਧਾਵਾ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਰਾਜਸਥਾਨ ਦੇ ਵਿੱਚ ਇਹਨਾਂ ਦੀ ਕਾਰਗੁਜ਼ਾਰੀ MLA ਇਲੈਕਸ਼ਨਸ ਦੇ ਵਿੱਚ ਦੇਖੀ, ਫਿਰ ਪਾਰਲੀਮੈਂਟ ਦੇ ਵਿੱਚ ਦੇਖੀ, ਉਸ ਤੋਂ ਬਾਅਦ ਇਹਨਾਂ ਨੂੰ ਸਕਰੀਨਿੰਗ ਕਮੇਟੀ ਜੰਮੂ ਐਂਡ ਕਸ਼ਮੀਰ ਦਾ ਬਣਾਇਆ ਗਿਆ ਮੈਂਬਰ, ਅਤੇ ਉਹਦੇ ਵਿੱਚ ਜੋ ਇਹਨਾਂ ਨੇ ਕੀਤਾ ਹੈ ਪਾਰਟੀ ਦੇ ਬਾਖੂਬੀ ਉੱਥੇ ਜਿੱਤ ਹਾਸਿਲ ਕੀਤੀ ਹੈ, ਉਸ ਚੀਜ਼ ਨੂੰ ਦੇਖਦੇ ਹੋਏ ਕਾਂਗਰਸ ਹਾਈ ਕਮਾਂਡ ਨੇ ਟਿਕਟ ਦਿੱਤੀ ਹੈ, ਔਰ ਨਾਲ ਹੀ ਖੁਫੀਆ ਤੌਰ 'ਤੇ ਜਿਹੜੀ ਉਹਨਾਂ ਨੇ ਆਪਣਾ ਸਰਵੇ ਵੀ ਕਰਵਾਇਆ ਹੋਏਗਾ। ਜ਼ਰੂਰ ਇਹ ਹੋ ਨਹੀਂ ਸਕਦਾ ਕਿ ਆਊਟਪੁੱਟ ਕਿਸ ਤਰ੍ਹਾਂ ਦੀ ਹੈਗੀ ਹੈ, ਸੋ ਉਸ ਦੇ ਆਧਾਰ 'ਤੇ ਟਿਕਟ ਦਿੱਤੀ ਹੈ, ਔਰ ਹਲਕਾ ਪੂਰੀ ਤਰ੍ਹਾਂ ਸਾਡੇ ਨਾਲ ਹੈ। ਮੈਨੂੰ ਪੂਰੀ ਉਮੀਦ ਹੈ ਕਿ ਆਪਾਂ ਵੱਧ ਤੋਂ ਵੱਧ ਲੀਡ ਦੇ ਨਾਲ ਇੱਥੇ ਜਿੱਤ ਹਾਸਲ ਕਰਾਂ। ਅੱਜ ਚਲਾਓ ਰੈਲੀ ਮੀਟਿੰਗ ਘਰ 'ਚ ਹੋਈ, ਮੀਟਿੰਗ ਰੈਲੀ ਦੇ ਰੂਪ ਕਰਕੇ ਵਿੱਚ ਚਲਾਓ ਸ਼ੁਰੂਆਤ ਕਰਤੀ ਗਈ? ਐਕਚੁਅਲੀ ਇਹ ਤਾਂ ਜੀ ਅਸੀਂ ਐਡਵਾਂਸ ਦੇ ਵਿੱਚ ਮੀਟਿੰਗ ਕੀਤੀ ਹੋਈ ਸੀ ਕਿ ਅਜੇ ਅਨਾਊਂਸ ਹੋਣਾ ਆ ਟਿਕਟ ਦਾ, ਤਾਂ ਅਸੀਂ ਵੈਸੇ ਮੀਟਿੰਗ ਰੱਖੀ ਹੋਈ ਸੀ ਇੱਕ ਰਸਮੀ ਤੌਰ 'ਤੇ, ਪਰ ਉਹ ਰਾਤੀ ਇਹਦਾ ਅਨਾਊਂਸਮੈਂਟ ਹੋਣ ਦੇ ਬਾਅਦ ਇਹ ਇੱਕ ਸਾਡੀ ਮੀਟਿੰਗ ਨੇ ਇੱਕ ਰੈਲੀ ਦਾ ਰੂਪ ਧਾਰ ਲਿਆ। ਤੁਸੀਂ ਖੁਦ ਦੇਖਿਆ ਹੋਣਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ, ਹਾਲਾਂਕਿ ਸਾਡੇ ਕੋਲ ਜਗ੍ਹਾ ਘੱਟ ਪੈ ਰਹੀ ਹੈ ਪਰ ਲੋਕ ਬਹੁਤ ਜ਼ਿਆਦਾ, ਸੋ ਬੜਾ ਵਧੀਆ ਹੁੰਗਾਰਾ ਮਿਲ ਰਿਹਾ। ਬਾਕੀ ਇਸ ਤੋਂ ਬਾਅਦ ਹੋਰ ਦੇਖਦੇ ਹਾਂ ਲੋਕਾਂ ਦਾ ਕਿਸ ਤਰ੍ਹਾਂ ਰਵੱਈਆ ਰਹਿੰਦਾ, ਬਟ ਸਾਨੂੰ ਪੂਰੀ ਉਮੀਦ ਹੈ ਆਪਣੇ ਹਲਕੇ ਤੋਂ। ਤੁਸੀਂ ਹਲਕੇ 'ਚ ਪਹਿਲਾਂ ਵਿੱਚ ਰਹੇ ਹੋਣ ਅਤੇ ਖੁਦ ਮੈਦਾਨ ਦੇਖ ਕੇ ਕਿੱਦਾਂ ਦੇਖਦੇ ਹਲਕੇ, ਲੋਕ ਵਿਰੋਧੀਆਂ ਨੂੰ ਕਿਵੇਂ ਦੇਖਦੇ ਹੋ? ਵਿਰੋਧੀਆਂ ਦੇ ਨਾਲ ਅਸੀਂ ਆਪਣੇ ਆਪ ਨੂੰ ਨਹੀਂ ਰੱਖ ਕੇ ਚੱਲ ਰਹੇ, ਪਰ ਫਿਰ ਵੀ ਜੋ ਵੀ ਹੈ ਅਸੀਂ ਚੈਲੇਂਜ ਹੈ ਇਹਨੂੰ ਆਪਣਾ ਵੱਡਾ ਸਮਝ ਕੇ ਚੱਲਾਂਗੇ, ਤਾਂ ਅਸੀਂ ਵੱਧ ਤੋਂ ਵੱਧ ਮਿਹਨਤ ਕਰਾਂਗੇ ਔਰ ਨਾਲ ਹੀ ਸਾਡੇ ਵਰਕਰ ਉਸ ਤਰ੍ਹਾਂ ਮਿਹਨਤ ਕਰਨਗੇ, ਅਤੇ ਤਾਂ ਹੀ ਅਸੀਂ ਇਸ ਇਲੈਕਸ਼ਨ ਦੀ ਦਿੱਤਾਂ ਵਿੱਚ ਕੰਮ ਰੱਖਾਂਗੇ। ਇਹ ਸਰਕਾਰ ਜਿਹੜੀ ਬਣੀ ਨਾ, ਬੜੇ ਵਾਅਦੇ ਕੀਤੇ, ਕਿੰਨੇ ਕੁ ਵਾਅਦੇ ਤੁਹਾਡੇ ਸਾਹਮਣੇ ਪੂਰੇ ਹੋਏ ਔਰ ਕੀ ਤੁਸੀਂ ਦੇਖਦੇ, ਕਿੱਦਾਂ ਚੁਣੌਤੀ ਦੇ ਆਪਣੀ ਸੀਟ ਨੂੰ ਲੈ ਕੇ? ਦੇਖੋ ਜੀ, ਚੁਣੌਤੀ ਤਾਂ ਹੁੰਦੀ ਜੇ ਉਹਨਾਂ ਨੇ ਕੋਈ ਇੱਕ ਵੀ ਵਾਅਦਾ ਪੂਰਾ ਕੀਤਾ ਹੁੰਦਾ, ਖਾਸ ਤੌਰ 'ਤੇ ਮਹਿਲਾਵਾਂ ਦੇ ਲਈ 1000 ਰੁਪਇਆ ਜਿਹੜਾ ਇਹਨਾਂ ਨੇ ਮਹੀਨੇ ਦਾ ਵਾਅਦਾ ਕੀਤਾ ਸੀਗਾ ਸਭ ਤੋਂ ਪਹਿਲਾਂ, ਅਤੇ ਉਹ ਵੀ ਨਹੀਂ ਪੂਰਾ ਕੀਤਾ। ਜਿਹੜੀਆਂ ਮੇਰੀਆਂ ਮਹਿਲਾਵਾਂ ਭੈਣਾਂ ਹੈ ਉਹ ਇਸ ਗੱਲ ਦੇ ਵਿੱਚ ਬਹੁਤ ਖਫਾ ਨੇ, ਉਹਨਾਂ ਨੂੰ ਫਿਰ ਵੀ ਕਿਤੇ ਪਾਰਲੀਮੈਂਟ ਤੱਕ ਉਮੀਦ ਹੈਗੀ ਸੀ ਕਿ ਸ਼ਾਇਦ ਉਸ ਤੋਂ ਬਾਅਦ ਕੋਈ ਸਾਨੂੰ ਇਹ ਕੰਟੀਨਿਊ ਕਰ ਦੇਣ ਜਿਹੜੀ ਇਹਨਾਂ ਨੇ ਵਾਅਦਾ ਕੀਤਾ, ਪਰ ਉਹ ਨਹੀਂ ਕਰ ਸਕੇ ਔਰ ਨਾ ਹੀ ਅੱਗੇ ਕੋਈ ਆਸ ਹੀ ਹੈ। ਸੋ ਸਭ ਨੇ ਆਪਣੇ ਮਨ ਬਦਲੇ ਹੋਏ ਨੇ ਔਰ ਕਾਂਗਰਸ ਪਾਰਟੀ ਦਾ ਸਾਥ ਦੇਣ ਲਈ ਸਭ ਤਿਆਰ ਨੇ, ਕਿਉਂਕਿ ਉਹਨਾਂ ਨੂੰ ਆਉਣ ਵਾਲਾ ਸਮਾਂ ਜੋ ਲੱਗਦਾ ਕਿ ਕਾਂਗਰਸ ਪਾਰਟੀ ਕਾਮਯਾਬ ਹੋਏਗੀ 2027 ਵਿੱਚ। ਇਹਦਾ ਤਾਂ ਸਭ ਪਾਵਰ ਠੀਕ ਕੋਰੀਡੋਰ ਬਣਿਆ, ਹੋਰ ਵੀ ਆਸਾਨ ਬੜੇ ਕੰਮ ਕਰ, ਉਹਨਾਂ ਕੰਮਾਂ ਨੂੰ ਲੈ ਕੇ ਲੋਕਾਂ 'ਚ ਜਾਓ ਕਿ ਨਹੀਂ? ਦੇਖੋ ਜੀ, ਕੰਮਾਂ ਨੂੰ ਵੋਟ ਪੈਂਦੀ ਹੈ ਕਿਉਂਕਿ ਰੰਧਾਵਾ ਸਾਹਿਬ ਨੇ ਕੰਮ ਹੁਣੇ ਨਹੀਂ ਕੀਤੇ। ਸਾਡਾ ਪਰਿਵਾਰ ਸਵਰਗੀ ਸਰਦਾਰ ਸੰਤੋਖ ਸਿੰਘ ਰੰਧਾਵਾ ਜੀ ਦੇ ਸਮੇਂ ਤੋਂ ਲੈ ਕੇ ਉਹ ਵੀ ਡਿਵੈਲਪਮੈਂਟ ਮਿਨਿਸਟਰ ਰਹੇ ਨੇ, ਅਤੇ ਉਹਨਾਂ ਨੇ ਵੀ ਬਹੁਤ ਕੰਮ ਕੀਤੇ ਨੇ, ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਇਹ ਲੋਕ ਅਜੇ ਤੱਕ ਭੁੱਲ ਨਹੀਂ ਰਹੇ। ਔਰ ਜਿਹੜੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੰਮ ਕੀਤੇ ਨੇ ਉਹ ਤਾਂ ਅਜੇ ਤਾਜ਼ਾ ਹੀ ਨੇ, ਉਹ ਬਿਲਕੁਲ ਲੋਕਾਂ ਨੂੰ ਯਾਦ ਹੈ। ਜਿਸ ਤਰ੍ਹਾਂ ਹੋਸਪਿਟਲਸ ਨੂੰ ਅਪਡੇਟ ਕੀਤਾ ਹੈ, ਅਤੇ ਇੱਥੇ ਡਾਕਟਰਸ ਦੀ ਬੜੀ ਵਧੀਆ ਟੀਮ ਹੈਗੀ ਸੀਗੀ ਦੋਨਾਂ ਡੇਰਾ ਬਾਬਾ ਨਾਨਕ ਔਰ ਕਲਾਨੌਰ ਦੇ ਵਿੱਚ, ਅਤੇ ਪਰ ਇਹਨਾਂ ਨੇ ਜਿਹੜੇ ਮੁਹੱਲਾ ਕਲੀਨਿਕ ਸ਼ੁਰੂ ਕਰਕੇ, ਤੁਹਾਨੂੰ ਵੀ ਪਤਾ ਵੀ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ, ਉਹ ਕੁਛ ਵੀ ਨਹੀਂ ਹੈਗਾ, ਉੱਥੇ ਘਾਹ ਉੱਗਿਆ ਹੋਇਆ ਅਤੇ ਡੰਗਰ ਬੰਨ੍ਹੇ ਹੋਏ ਆ ਜੀ, ਅਤੇ ਸਗੋਂ ਇਹਨਾਂ ਹੋਸਪਿਟਲਸ ਜਿਹੜੇ ਹੈਗੇ ਨੇ ਗਵਰਨਮੈਂਟ ਹੋਸਪਿਟਲਸ ਉਹਨਾਂ ਦਾ ਵੀ ਬੁਰਾ ਹਾਲ ਕਰ ਦਿੱਤਾ। ਉੱਥੇ ਕੋਈ ਡਾਕਟਰ ਦੀ ਸੁਵਿਧਾ ਨਹੀਂ ਹੈ ਔਰ ਲੋਕ ਬੜੇ ਬੇਹਾਲ ਹੈ, ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਔਰ ਉਹਨਾਂ ਨੂੰ ਦੂਰ ਹੋਸਪਿਟਲਸ ਵਿੱਚ ਜਾਣਾ ਪੈਂਦਾ। ਤੁਹਾਡੀ ਤੀਸਰੀ ਪੀੜ੍ਹੀ ਸਿਆਸਤ 'ਚ ਆ, ਪਹਿਲਾਂ ਰੰਧਾਵਾ ਸਾਹਿਬ ਵੱਡੇ ਰੰਧਾਵਾ ਸਾਹਿਬ, ਹੁਣ ਰੰਧਾਵਾ ਸਾਹਿਬ ਤੁਸੀਂ ਚੱਲ ਪਏ ਹੋ, ਕਿ ਕਾਂਗਰਸ ਪਾਰਟੀ ਤੁਹਾਡੇ ਪਰਿਵਾਰ ਦੇ ਯਕੀਨ ਕਿੱਦਾਂ, ਇਹਦਾ ਕੀ ਸੁਆਸ਼ਨ ਦਿੰਦੇ ਹੋ? ਅਸੀਂ ਜੀ ਦੇਖੋ, ਜਿਸ ਤਰ੍ਹਾਂ ਸਾਡੇ ਪਿਤਾ ਜੀ ਚੱਲੇ ਹੋਏ ਸੀ ਉਹਨਾਂ ਦੇ ਕਦਮਾਂ 'ਤੇ ਚੱਲਦੇ ਹੋਏ, ਸਾਨੂੰ ਸੋਸ਼ਲ ਵਰਕ ਦਾ ਸਮਾਜ ਸੇਵਾ ਦਾ ਸ਼ੌਕ ਹੈ, ਕਿਉਂਕਿ ਸਾਨੂੰ ਅਸੀਂ ਆਪਣਾ ਤੁਹਾਡੇ ਨਾਲ ਇਸ ਚੀਜ਼ ਦੀ ਡੰਟੀ ਦੇ ਸਕਦੇ ਹਾਂ ਔਰ ਲੋਕ ਵੀ ਇਸ ਚੀਜ਼ ਦਾ ਮਹਿਸੂਸ ਕਰਦੇ ਮਾਣ ਕਿ ਸਾਡੇ ਲੀਡਰ ਬੜੀ ਇਮਾਨਦਾਰੀ ਔਰ ਤਨਦੇਹੀ ਦੇ ਨਾਲ ਕੰਮ ਕਰਦੇ ਨੇ। ਬਹੁਤ ਰੰਧਾਵਾ ਸਾਹਿਬ ਵੀ ਸਖਤ ਮਿਹਨਤ ਕਰਦੇ ਨੇ, ਸਵੇਰੇ ਕਿਤੇ ਹੁੰਦੇ ਆ ਜੈਪੁਰ ਹੁੰਦੇ ਆ ਔਰ ਸ਼ਾਮੀ ਚੰਡੀਗੜ੍ਹ ਹੁੰਦੇ ਆ, ਨੈਕਸਟ ਡੇ ਮੋਰਨਿੰਗ ਉਹ ਡੇਰਾ ਬਾਬਾ ਨਾਨਕ ਹਲਕੇ ਵਿੱਚ ਆਏ ਹੁੰਦੇ ਆ ਜੀ, ਅਤੇ ਬਹੁਤ ਉਹਨਾਂ ਦਾ ਇੱਧਰ ਧਿਆਨ ਹੈ ਹਲਕੇ ਦੇ ਵਿੱਚ ਡਿਵੈਲਪਮੈਂਟ ਦੇ ਵਿੱਚ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਆਪਣੇ ਹਲਕੇ ਦੇ ਲਈ ਕੋਈ ਇੰਡਸਟਰੀ ਲੈ ਕੇ ਆਵਾਂਗੇ, ਕਿਉਂਕਿ ਸਾਡੇ ਬੇਰੁਜ਼ਗਾਰ ਬੱਚੇ ਆ ਜਿਹੜੇ, ਖਾਸ ਤੌਰ 'ਤੇ ਅਸੀਂ ਇਹਨਾਂ ਵੱਲ ਧਿਆਨ ਦੇਣਾ, ਅਤੇ ਨਾਲ ਹੀ ਜਿਹੜਾ ਨਸ਼ਾ ਹੈ, ਨਸ਼ਾ ਜਿਹੜਾ ਇਸ ਟਾਈਮ ਚੱਲ ਰਿਹਾ, ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਇਹਨਾਂ ਨੇ ਵਾਅਦੇ ਕੀਤੇ ਸੀਗੇ ਕਿ ਨਸ਼ਾ ਬੰਦ ਕਰਾਵਾਂਗੇ, ਪਰ ਗੈਂਗਸਟਰਵਾਦ ਵੀ ਬਹੁਤ ਵੱਧ ਗਿਆ ਔਰ ਨਸ਼ਾ ਵੀ ਬਹੁਤ ਵੱਧ ਗਿਆ। ਅਸੀਂ ਪਿੰਡਾਂ ਦੇ ਵਿੱਚ ਆਮ ਦੇਖਦੇ ਹਾਂ ਕਿ ਬੱਚਿਆਂ ਦੀ ਬਹੁਤ ਬੁਰੀ ਹਾਲਤ ਹੈ, ਸੋ ਇਸ ਚੀਜ਼ ਤੋਂ ਅਸੀਂ ਬਹੁਤ ਫਿਕਰਮੰਦ ਹਾਂ ਕਿ ਆਪਾਂ ਕਾਂਗਰਸ ਸਰਕਾਰ ਆਵੇ ਅਤੇ ਅਸੀਂ ਥੋੜ੍ਹੇ ਜਿਹੇ ਕੁਛ ਸਖਤ ਐਕਸ਼ਨ ਲੈ ਕੇ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰ ਸਕੀਏ। ਥੈਂਕ ਯੂ।